ਇੱਦਾਂ ਹੈਗਾ ਕਿ ਜਿਵੇਂ ਸਾਨੂੰ ਪਤਾ ਹੈਗਾ ਕਿ ਕੋਵਿਡ ਜਿਹੜੀ ਬਿਮਾਰੀ ਹੈਗੀ ਉਹ ਇੱਦਾਂ ਦੀ ਬਿਮਾਰੀ ਹੁੰਦੀ ਹੈ ਜਿਹਦੇ ਵਿੱਚ ਕੋਈ ਵੀ ਬੰਦਾ ਇਫੈਕਟ ਜਦ ਹੋ ਜਾਂਦਾ ਹੈ ਤਾਂ ਕਈ ਸਾਰੇ ਬੰਦੇ ਜਿਹੜੇ ਉਸਦੇ ਕੰਟੈਕਟ ਵਿੱਚ ਆਏ ਹੁੰਦੇ ਨੇ ਉਹਨਾਂ ਬੰਦਿਆਂ ਦੀ ਵੀ ਚੈਕਿੰਗ ਵਗੈਰਾ ਕਰਨੀ ਪੈਂਦੀ ਹੈ ਕਿ ਉਹ ਕੋਈ ਬੰਦਾ ਇਸ ਤੋਂ ਇਫੈਕਟਡ ਤਾਂ ਨਹੀਂ ਹੈਗਾ ਕਿਉਂਕਿ ਇਹ ਸਪਰੈਡ ਬਹੁਤ ਜਲਦੀ ਹੁੰਦੀ ਹੈ ਕੰਟੀਜੀਅਸ ਬਿਮਾਰੀ ਹੋਣ ਕਰਕੇ। ਤਾਂ ਕਈ ਸਾਰੇ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਸਾਨੂੰ ਕੁਆਰੰਟਾਈਨ ਕਰਨੇ ਪੈਂਦੇ ਨੇ ਕਿਉਂਕਿ ਹੋ ਸਕਦਾ ਉਹਨਾਂ ਦਾ ਰਿਜ਼ਲਟ ਨੈਗੇਟਿਵ ਆ ਜਾਵੇ ਲੇਕਿਨ ਫਿਰ ਵੀ ਸਸਪੀਸ਼ਨ ਬਣਾ ਰਹਿੰਦਾ ਹੈ ਕਦੇ ਕਦੇ ਕਿ ਇਹ ਬੰਦਾ ਜਿਹੜਾ ਹੈਗਾ ਉਹ ਪੋਜ਼ੀਟਿਵ ਬਾਅਦ ਦੇ ਵਿੱਚ ਆ ਸਕਦਾ ਹੈ। ਇੱਕ ਦੋ ਕੇਸ ਇਸ ਤਰ੍ਹਾਂ ਦੇ ਹੋ ਵੀ ਗਏ ਨੇ। ਤਾਂ ਅਸੀਂ ਕੀ ਕਰਦੇ ਨੇ ਕਿ ਜਦ ਵੀ ਕੋਈ ਵੀ ਪੋਜ਼ੀਟਿਵ ਪੇਸ਼ੈਂਟ ਆਉਂਦਾ ਹੈ ਤਾਂ ਜੋ ਵੀ ਨੇੜੇ ਤੇੜੇ ਦੇ ਬੰਦੇ ਹੁੰਦੇ ਨੇ ਉਹਨਾਂ ਦੀ ਸੈਂਪਲਿੰਗ ਵੀ ਕਰਦੇ ਹਾਂ ਔਰ ਉਹਨਾਂ ਦੇ ਸਿਮਟਮਸ ਵੀ ਜਿਹੜੇ ਹੈਗੇ ਉਹਨਾਂ ਨੂੰ ਚੈੱਕ ਕਰਦੇ ਨੇ। ਉਹਨਾਂ ਬੰਦਿਆਂ ਨੂੰ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਆਰੰਟੀਨ ਫੈਸਿਲਿਟੀ ਜਾਂ ਹੋਮ ਕੁਆਰੰਟੀਨ ਹੋ ਜਾਣ ਜਾਂ ਸਪੈਸੀਫਿਕ ਕੁਆਰੰਟੀਨ ਫੈਸਿਲਿਟੀ ਜਿਹੜੀ ਹੈਗੀ ਉਹਨਾਂ ਦੇ ਵਿੱਚ ਜਾ ਕੇ ਬੰਦੇ ਰਹਿ ਲੈਣ। ਤਾਂ ਇਸ ਤਰ੍ਹਾਂ ਦੀ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਥਾਂ ਥਾਂ 'ਤੇ ਅਸੀਂ ਸਟੈਬਲਿਸ਼ ਕਰ ਰਹੇ ਹਾਂ ਜਿਸ ਤੋਂ ਕਿ ਜਦ ਭਗਵਾਨ ਨਾ ਕਰੇ ਕੱਲ੍ਹ ਨੂੰ ਇਹ ਸਪਰੈਡ ਹੁੰਦਾ ਹੈ ਤਾਂ ਸਾਡੇ ਕੋਲ ਤਿਆਰੀਆਂ ਮੁਕੰਮਲ ਪਹਿਲਾਂ ਤੋਂ ਹੋਣ। ਤਾਂ ਕੁਛ ਸਾਈਟਾਂ ਜਿਹੜੀਆਂ ਹੈਗੀਆਂ ਸ਼ਹਿਰ ਲੁਧਿਆਣਾ ਦੇ ਵਿੱਚ ਵੀ ਕੁਛ ਆਲੇ ਦੁਆਲੇ ਦੀ ਸਾਈਟਾਂ ਇਸ ਤਰ੍ਹਾਂ ਦੀਆਂ ਆਈਡੈਂਟੀਫਾਈ ਕੀਤੀਆਂ ਜਾ ਰਹੀਆਂ ਹਨ ਜਿੱਥੇ ਕਿ ਅਸੀਂ ਇਸ ਤਰ੍ਹਾਂ ਦੇ ਸੈਟਅਪ ਜਿਹੜੇ ਹੈਗੇ ਕਰ ਰਹੇ ਹਾਂ। ਸਰ ਟੋਟਲ ਲੁਧਿਆਣਾ ਸ਼ਹਿਰ ਦੇ ਵਿੱਚ ਕਿੰਨੀਆਂ ਕੀਤੀਆਂ ਜਾ ਰਹੀਆਂ? ਇਨ ਟੋਟਲ ਅਸੀਂ ਹਾਲੇ ਤੱਕ ਤਕਰੀਬਨ 3000 ਬੈੱਡ ਦੀ ਕੈਪੈਸਿਟੀ ਜਿਹੜੀ ਹੈਗੀ ਉਹ ਤਿਆਰ ਕਰ ਲਈ ਹੈਗੀ, ਉਹਨੂੰ ਹੋਰ ਵਧਾਉਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਸਰ ਜਿਹੜਾ ਪ੍ਰੋਟੋਕੋਲ ਦੇ ਵਿੱਚ ਦਿੱਤਾ ਹੈ ਓਨਲੀ ਪੁਲਿਸ ਵਿਭਾਗ ਲਈ ਹੈ ਜਾਂ ਸਾਰਿਆਂ ਲਈ? ਹਾਂ ਦੇਖੋ, ਕਿਹਾ ਹੈ ਕਿ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਾਂ ਮਰੀਜ਼ਾਂ ਦੇ ਵਾਸਤੇ ਤਿਆਰ ਕਰ ਰਹੇ ਨੇ, ਕੁਛ ਇੱਕ ਡਿਪਾਰਟਮੈਂਟ ਕੁਛ ਇੱਕ ਫਰੰਟਲਾਈਨ ਵਰਕਰ ਜਿਹੜੇ ਹੈਗੇ ਜਿਵੇਂ ਡਾਕਟਰਸ ਹੋ ਗਏ, ਹੈਲਥ ਵਰਕਰਸ ਹੋ ਗਏ, ਪੁਲਿਸ ਹੋ ਗਈ, ਕਈ ਸਾਰੇ ਬੰਦੇ ਆ ਜਿਹੜੇ ਵੱਖ ਵੱਖ ਤਰੀਕੇ ਦੀ ਹੈਲਪਲਾਈਨ ਜਿਹੜੀਆਂ ਬਣੀਆਂ ਹੋਈਆਂ ਨੇ, ਕੁਛ ਲੋਕ ਹੋ ਗਏ ਜਿਹੜੇ ਕਿ ਸਮਾਨ ਡਿਸਟ੍ਰੀਬਿਊਸ਼ਨ ਜਿਹੜਾ ਹੁੰਦਾ ਹੈ ਉਹਦੇ ਵਿੱਚ ਲੱਗੇ ਹੋਏ ਨੇ। ਜਿਹੜੇ ਕਈ ਸਾਰੇ ਬੰਦੇ ਨੇ, ਕਈ ਸਾਰੇ ਡਿਪਾਰਟਮੈਂਟਾਂ ਦੇ ਬੰਦੇ ਫਰੰਟਲਾਈਨ ਦੇ ਤੌਰ 'ਤੇ ਕੰਮ ਕਰ ਰਹੇ ਨੇ। ਤਾਂ ਕਿਸੇ ਵੀ ਡਿਪਾਰਟਮੈਂਟ ਨੂੰ ਕਦੇ ਵੀ ਕਿਤੇ ਵੀ ਕੋਈ ਜ਼ਰੂਰਤ ਪੈ ਜਾਂਦੀ ਹੈ ਤਾਂ ਅਸੀਂ ਕੁਛ ਸਪੈਸੀਫਿਕ ਡਿਪਾਰਟਮੈਂਟ ਵਾਈਜ਼ ਵੀ ਕੁਆਰੰਟੀਨ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉਹ ਇਸਟੈਬਲਿਸ਼ ਕਰ ਰਹੇ ਨੇ। ਤਾਂ ਬੁੱਟਾ ਵਿੱਚ ਜਿਹੜੀ ਅਸੀਂ ਕਰ ਰਹੇ ਨੇ ਇਹ ਪੁਲਿਸ ਵਾਸਤੇ ਕਰ ਰਹੇ ਹਾਂ। ਸਰ ਅੱਜ ਦੀ ਕੀ ਅਪਡੇਟ ਹੈ ਜੀ? ਅਪਡੇਟ ਲੁਧਿਆਣਾ ਦੇ ਵਿੱਚ 20 ਕੇਸ ਜਿਹੜੇ ਹੈਗੇ ਹਾਲੇ ਤੱਕ ਪੋਜ਼ੀਟਿਵ ਪਾਏ ਗਏ ਨੇ, ਜਿਹਦੇ ਵਿੱਚੋਂ 17 ਜਿਹੜੇ ਹੈਗੇ ਲੁਧਿਆਣਾ ਦੇ ਨੇ ਅਤੇ 3 ਕੇਸਿਸ ਜਿਹੜੇ ਹੈਗੇ ਉਹ ਬਾਹਰਲੇ ਡਿਸਟ੍ਰਿਕਟਾਂ ਨਾਲ ਸੰਬੰਧਿਤ ਹੈਗੇ, ਬਟ ਉਹਨਾਂ ਦੀ ਸੈਂਪਲਿੰਗ ਲੁਧਿਆਣਾ 'ਚ ਹੋਈ ਸੀਗੀ ਇਸ ਕਰਕੇ ਅਸੀਂ ਉਹਨਾਂ ਨੂੰ ਕਾਊਂਟ ਕਰ ਲੈਂਦੇ ਹਾਂ। ਅਦਰਵਾਈਜ਼ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ 17 ਮਰੀਜ਼ ਨੇ। ਅੱਜ 1 ਕੇਸ ਜਿਹੜਾ ਹੈਗਾ ਨਵਾਂ ਆਇਆ ਹੈਗਾ ਜੋ ਕਿ ਇੱਕ ਪੁਰਾਣਾ ਜਿਹੜਾ ਪੋਜ਼ੀਟਿਵ ਕੇਸ ਸੀਗਾ ਉਹਨਾਂ ਦਾ ਕੰਟੈਕਟ ਵਾਲਾ ਹੈਗਾ, ਉਹਨਾਂ ਦੀ ਬੇਟੀ ਹੈਗੀ ਜਿਸ ਜੋ ਕਿ ਅੱਜ ਪੋਜ਼ੀਟਿਵ ਆਈ ਹੈ। ਸਰ ਇੱਥੇ ਜੇ ਡਾਕਟਰ ਨੇ ਕਿੰਨੇ ਮਤਲਬ ਸਟਾਫ ਰੱਖ ਰਹੇ ਮੇਰੇ ਕੋਲ? ਦੇਖਿਆ ਵੀ ਡਿਪੈਂਡ ਕਰੇਗਾ ਯਹਾਂ ਪੇ ਕਿ ਕਿਤਨੀ ਬੜੀ ਹਮ ਫੈਸਿਲਿਟੀ ਬਣਾਤੇ ਹੈ ਉਸਕੇ ਹਿਸਾਬ ਸੇ ਹੀ ਸਟਾਫ ਦਾ ਜਿਹੜਾ ਹੈਗਾ ਉਹ ਪ੍ਰੋਵੀਜ਼ਨ ਕੀਤਾ ਜਾਂਦਾ ਹੈ। ਸਰ ਸਾਡਾ ਕੁਐਸਚਨ ਹੈ ਵੀ ਜਿਹੜਾ ਸਟਾਫ ਇੱਥੇ ਕੰਮ ਕਰੇਗਾ, ਜਿਸ ਤਰ੍ਹਾਂ ਗੁਰੂ ਨਾਨਕ ਚੈਰੀਟੇਬਲ ਹਸਪੀਟਲ ਤੋਂ ਨਰਸਿਸ ਆਈਆਂ ਨੇ, ਅਸੀਂ ਵੀ ਇੱਥੇ ਐਂਬੂਲੈਂਸ ਲੈ ਕੇ ਆਏ ਇੱਥੇ ਸੁਖ ਸੰਸਾਰ ਹਸਪੀਟਲ ਤੋਂ, ਡਰਾਈਵਰ ਡਰਾਈਵ ਕਰੇਗਾ ਨਾ, ਸਟਾਫ ਕੰਮ ਕਰੇਗਾ, ਪ੍ਰਾਈਵੇਟ ਨੇ ਸਾਰੇ, ਗਵਰਨਮੈਂਟ ਉਹਨਾਂ ਦੀ ਕੋਈ ਇੰਸ਼ੋਰੈਂਸ ਜਾਂ ਉਹਨਾਂ ਨੂੰ ਕੋਈ ਕਵਰ ਕਰੇਗੀ? ਦੇਖੀ ਇਸ ਮੈਂ ਕਿਹਾ ਹੈ ਕਿ ਇੱਕ ਤੋਂ ਅਭੀ ਮੇਰੀ ਨੌਲੇਜ ਮੈਂ ਜਸਟ ਅਭੀ ਆਜ ਹੀ ਆਇਆ ਹੈ ਕਿ ਇਹ ਹਮ ਬਣਾ ਰਹੇ ਹੈ, ਇਸ ਲਈ ਵਿਜ਼ਿਟ ਵੀ ਕਰਨੇ ਆਏ ਹੈ, ਤਾਂ ਯਹਾਂ ਪਰ ਜੋ ਵੀ ਫੈਸਿਲਿਟੀਆਂ ਅਸੀਂ ਪ੍ਰੋਵਾਈਡ ਕਰਨੀਆਂ ਨੇ ਉਹ ਸਾਰੀ ਦੀ ਸਾਰੀ ਫੈਸਿਲਿਟੀ ਵੀ ਪ੍ਰੋਵਾਈਡ ਕਰਾਂਗੇ, ਇਸ ਨੂੰ ਫਿਰ ਗਵਰਨਮੈਂਟ ਵੱਲੋਂ ਨੋਟੀਫਾਈ ਵੀ ਕਰਵਾਵਾਂਗੇ ਕਿ ਇਹ ਹੈਲਥ ਫੈਸਿਲਿਟੀ ਹੈਗੀ। ਜੇ ਗਵਰਨਮੈਂਟ ਵੱਲੋਂ ਇੱਕ ਵਾਰ ਹੈਲਥ ਫੈਸਿਲਿਟੀ ਡਿਕਲੇਅਰ ਹੋ ਜਾਂਦੀ ਹੈ ਤਾਂ ਸਾਰੀ ਦੀ ਸਾਰੀ ਜੋ ਵੀ ਫੈਸਿਲਿਟੀਆਂ ਬਾਕੀ ਹੈਲਥ ਫੈਸਿਲਿਟੀਆਂ ਵਾਸਤੇ ਹੋਣਗੀਆਂ ਉਹ ਇੱਥੇ ਵੀ ਹੋ ਜਾਣਗੀਆਂ, ਤਾਂ ਵੀ ਵਿਲ ਹੈਵ ਟੂ ਵੇਟ ਫੋਰ ਦ ਨੋਟੀਫਿਕੇਸ਼ਨ ਆਫ ਦਾ ਗਵਰਨਮੈਂਟ। ਸਰ ਲੁਧਿਆਣੇ 'ਚ ਕੋਈ ਹੌਟਸਪੋਟ ਬਣਨ ਦੇ ਚਾਂਸਿਸ ਤਾਂ ਨਹੀਂ? ਦੇਖੀਏ ਇਹੋ ਜਿਹੀ ਚੀਜ਼ ਹੈਗੀ ਜਿਸ ਨੂੰ ਮਤਲਬ ਭਵਿੱਖ ਤਾਂ ਕਿਸੇ ਨੇ ਦੇਖਿਆ ਨਹੀਂ ਹੈਗਾ, ਅਸੀਂ ਸਾਰੇ ਦੇ ਸਾਰੇ ਪ੍ਰੀਕੋਸ਼ਨਸ ਜਿਹੜੇ ਹੈਗੇ ਉਹ ਲਏ ਜਾ ਰਹੇ ਨੇ, ਜਿਵੇਂ ਜਿਵੇਂ ਜਿੱਥੇ ਜੋ ਕਰਨ ਦੀ ਲੋੜ ਹੈਗੀ ਅਸੀਂ ਕਰੇ ਜਾ ਰਹੇ ਨੇ। ਹਾਲ ਦੀ ਘੜੀ ਤਾਂ ਕੇਵਲ 2 ਏਰੀਆ ਇਹ ਸੀਗੇ, ਅਮਰਪੁਰਾ ਅਤੇ ਚੌਕੀਮਾਨ ਪਿੰਡ, ਜਿੱਥੇ ਕਿ ਨੰਬਰ ਆਫ ਕੇਸਿਸ 1 ਤੋਂ ਵੱਧ ਸੀਗੇ, ਅਮਰਪੁਰਾ 'ਚ 3 ਸੀਗੇ, ਚੌਕੀਮਾਨ 'ਚ 2 ਸੀਗੇ। ਭਵਿਸ਼ ਕਿਸੇ ਨੇ ਦੇਖਿਆ ਨਹੀਂ, ਅਸੀਂ ਆਪਣੀ ਤਰਫੋਂ ਕੋਸ਼ਿਸ਼ ਕਰੇ ਜਾ ਰਹੇ ਹਾਂ ਔਰ ਉਮੀਦ ਹੈਗੀ ਕਿ ਵੀ ਵਿਲ ਬੀ ਏਬਲ ਟੂ ਫਾਈਂਡ। ਉਹ ਠੀਕ ਹੋ ਗਏ ਸਰ ਉੱਥੇ ਜਿਹੜੇ ਹੌਟਸਪੋਟ ਸੀ ਅਮਰਪੁਰਾ ਅਤੇ? ਹੌਟਸਪੋਟ ਠੀਕ ਇਸ ਤਰ੍ਹਾਂ ਨਹੀਂ ਹੁੰਦੇ, ਹੌਟਸਪੋਟ ਦਾ ਕੀ ਹੁੰਦਾ ਹੈ ਕਿ ਜਦ ਇੱਕ ਏਰੀਆ ਜਿੱਥੇ 28 ਦਿਨ ਤੱਕ ਲਗਾਤਾਰ ਫਿਰ ਕੋਈ ਕੇਸ ਨਹੀਂ ਆਉਂਦਾ ਉਹਨੂੰ ਫਿਰ ਆਪਾਂ ਕਹਿੰਦੇ ਹਾਂ ਕਿ ਉਹ ਗ੍ਰੀਨ ਏਰੀਆ ਡਿਕਲੇਅਰ ਹੋ ਗਿਆ, ਤਾਂ ਇਹ ਤਾਂ ਕੇਸਿਸ ਜਿਹੜੇ ਹੈਗੇ ਨਵੇਂ ਆਏ ਹੈ ਉੱਥੇ, ਤਾਂ ਵੀ ਵਿਲ ਹੈਵ ਟੂ ਵੇਟ ਫੋਰ 28 ਡੇਜ਼। ਸਰ ਅਸੀਂ ਪੁਲਿਸ ਮੁਲਾਜ਼ਮਾਂ ਲਈ ਕੁਆਰੰਟਾਈਨ ਸੈਂਟਰਸ ਬਣਾ ਰਹੇ ਹਨ, ਉਹਦੀ ਲੜੀ ਦੇ ਵਿੱਚ ਅਸੀਂ ਇਹ ਡੇਲੋ ਦੇ ਵਿੱਚ ਅਸੀਂ 100 ਬੈੱਡ ਦਾ ਤਕਰੀਬਨ ਹੈ ਇਹ ਬਣਾਇਆ ਹੈ ਸੈਂਟਰ, ਜਿਸ ਨੂੰ ਕਿ ਅਸੀਂ ਹੋਮ ਅਵੇ ਫਰੋਮ ਹੋਮ ਨਾਂ ਦਿੱਤਾ ਹੈ। ਜਿਹੜੇ ਵੀ ਕੋਈ ਮੁਲਾਜ਼ਮ ਕੋਈ ਜਦੋਂ ਕਿਸੇ ਪੋਜ਼ੀਟਿਵ ਪੇਸ਼ੈਂਟ ਦੇ ਟੱਚ ਦੇ ਵਿੱਚ ਆ ਜਾਂਦੇ ਹੈ ਉਹਨਾਂ ਨੂੰ ਅਸੀਂ ਇੱਥੇ 14 ਦਿਨ ਰੱਖਾਂਗੇ, ਤਾਂ ਕਿ ਉਹਨਾਂ ਦੇ ਕੋਈ ਜੇ ਸਿਮਟਮਸ ਹੁੰਦੇ ਹਨ ਤਾਂ ਉਹਨਾਂ ਦੇ ਬਾਰੇ ਪਤਾ ਲੱਗ ਸਕੇ ਐਂਡ ਸਮੇਂ ਸਿਰ ਉਹਨਾਂ ਦਾ ਇਲਾਜ ਹੋ ਸਕੇ। ਇੱਥੇ ਕੋਈ ਪੋਜ਼ੀਟਿਵ ਪੇਸ਼ੈਂਟਸ ਨੂੰ ਰੱਖਣ ਦਾ ਵਿਚਾਰ ਨਹੀਂ ਹੈ, ਕੇਵਲ ਜਿਹੜੇ ਸਸਪੈਕਟ ਜਿਨ੍ਹਾਂ 'ਤੇ ਕੋਈ ਹੋਏਗਾ ਕਿ ਜਿਨ੍ਹਾਂ ਨੂੰ ਕੀ ਘਰ ਦੇ ਵਿੱਚ ਰੱਖਣ ਦੀ
पिंड नूं भी इस चीज़ का कोई खतरा नहीं होगा एंड इतने डॉक्टर्स वगैरह की टीम होएगी उन्हों का इलाज वगैरह लिए मेडिसिन वगैरह भी होनी है ताकि उन्हों की प्रॉपर केयर हो सके एंड जो वायरस है वह समय सिर जो है भी तो वह खात्मा हो सके। पॉजिटिव हले नहीं रखने का डॉक्टर्स किन्ने होंगे इतने डॉक्टर्स वैसे तो नैगेटिव केसिस के जो आप घर के रह रहे हैं कोई लोड नहीं होंगी ऑन कॉल डॉक्टर्स होंगे लेकिन फिर भी असं इतने कुछ डॉक्टर्स एटलीस्ट दो डॉक्टर एस एम ओ वगैरह भी रखेंगे। ठीक है कोई नट नफरी की आर्ट कार्ड नहीं नफरी की नफरी प्रॉपर हैगी है साढ़े को बाकी तो देखो पुलिस फोर्स इस तरीके की फोर्स है कि जिते हमेशा ही नफरी घट होंगी है जिन्नी भी हो जाए क्योंकि अपनी ड्यूटीज बढ़ती रही लेकिन फिर भी हरेक मुलाजिम दस दस के बराबर काम कर रहा है ये सौखी घड़ी के तो नफरी की कोई घाट नहीं है असं पूरी मुस्तैदी नाल लगे हुए हैं। ठीक सर एक ना मतलब बेनती अपन एक कल वीडियो आई है कोई बाहरले किसी स्टेट की है उस ना चक के उन्होंने एक वैसे ही उन्होंने बनाई हुई एंबूलेंस उस भी ड्रामा जहा किया भी अच्छे पेशेंट है जो करोना पॉजिटिव आ उस वाड़ देंगे फिर बड़े भजदे कोई इदा का कोई आप लड़ाई किली पुलिस की नहीं है। ठीक है ये तो सारे बंद की लड़ाई है सरकार भी इन्ने सोशल मीडिया भी उन्होंने इन्ना समझा रहा पब्लिक न सरकार भी समझा रही है टेलीविजन चैनल भी समझा रहे हैं कि भाई तुम घर रहो जे बाहर जाते हो मास्क मूस्क पाओ एमरजेंसी के ही बाहर जाना है तो जे अपने बंदा कोई अनजान बने या देखे कि जी मेरी बहादुरी है बाहर मैं नहीं कोई चीज़ पा रहा तो मैं वैसे ही तुरै फिर तो वो अपनी जिम्मेदारी है जी और समाज की जिम्मेदारी है मैं समझदा कि इस तरीके का नहीं करना चाहिए पुलिस मजबूर ना कर पब्लिक की कोई सख्त एक्शन उन्होंने खिलाफ लीए ठीक है।